ਪਹਿਲ ਹੀ ਪੂਰਾ ਇਲਾਕਾ ਬਚਦਾ ਸੀ ਜੀ, ਹੁਣ ਉੱਜੜ ਗਿਆ ਜੀ ਇਲਾਕਾ। ਜਿੱਦਾਂ ਕਸ਼ਮੀਰੀ ਪੰਡਿਤ ਅੱਤਵਾਦ ਕਾਰਨ ਉੱਜੜ ਗਏ, ਸਾਨੂੰ ਤੇ ਸਰਕਾਰਾਂ ਨੇ ਉਜਾੜਤਾ ਜੀ। ਨੂੰ ਲੈ ਕੇ ਪਹੁੰਚੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿਖੇ। ਹਲਕਾ ਦੀਨਾਨਗਰ ਦੇ ਵਿੱਚ ਰਾਵੀ ਦਰਿਆ ਦੇ ਉੱਤੇ ਮਕੌੜਾ ਪੱਤਣ ਤੋਂ ਪਾਰ ਜਿਹੜੇ 8 ਪਿੰਡ ਵਸਦੇ ਨੇ, ਉੱਥੋਂ ਦੇ ਵਾਸੀਆਂ ਦੀ ਮੰਗ ਹੈ ਕਿ ਇਹਨਾਂ 8 ਪਿੰਡਾਂ ਦਾ ਜਿਹੜਾ ਨਾਤਾ ਹੈ ਉਹ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਟੁੱਟ ਜਾਂਦਾ ਹੈ। ਮੰਗ ਕਾਫੀ ਲੰਬੇ ਸਮੇਂ ਤੋਂ ਹੈ। ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਦੀ ਮੰਗ ਹੈ ਕਿ ਇੱਥੇ ਪੁੱਲ ਬਣਾ ਕੇ ਦਿੱਤਾ ਜਾਵੇ, ਪਰ ਆਜ਼ਾਦੀ ਬੀਤਿਆਂ ਨੂੰ ਕਈ ਸਾਲ ਹੋ ਗਏ ਪਰ ਹਾਲੇ ਤੱਕ ਵੀ ਉੱਥੇ ਪੁੱਲ ਨਹੀਂ ਬਣ ਪਾਇਆ। ਚੱਲ ਕੇ ਉੱਥੋਂ ਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਅਤੇ ਲੋਕਾਂ ਦਾ ਕੀ ਕਹਿਣਾ ਹੈ ਪੱਕੇ ਪੁੱਲ ਨੂੰ ਲੈ ਕੇ, ਉਸ ਦੇ ਬਾਰੇ ਵੀ ਲੋਕਾਂ ਦੇ ਕੋਲ ਜਾ ਕੇ ਜਾਣਕਾਰੀ ਹਾਸਿਲ ਕਰਾਂਗੇ। ਮੀਡੀਆ ਦੀ ਟੀਮ ਪਹੁੰਚ ਚੁੱਕੀ ਹੈ ਮਕੌੜਾ ਪੱਤਣ, ਯਾਨੀ ਕਿ ਰਾਵੀ ਦਰਿਆ ਦੇ ਉੱਤੇ ਮਕੌੜਾ ਪੱਤਣ ਦੇ ਉਸ ਪੁੱਲ 'ਤੇ ਜਿਸ ਨੂੰ ਪੰਟੂਨ ਪੁੱਲ ਕਿਹਾ ਜਾਂਦਾ ਹੈ। ਇਸ ਪੁੱਲ ਤੋਂ ਪਾਰ ਵਸੇ 8 ਭਾਰਤੀ ਪਿੰਡਾਂ ਦਾ ਇਹੀ ਇੱਕ ਜ਼ਰੀਆ ਹੈ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਜੁੜ ਸਕਣ ਜਾਂ ਫਿਰ ਹਲਕਾ ਦੀਨਾਨਗਰ ਨਾਲ ਜੁੜ ਸਕਣ। ਪਰ ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਦਰਿਆ ਦਾ ਵੱਧਦਾ ਹੈ, ਤਾਂ ਉਸ ਵੇਲੇ ਇਹ ਪੰਟੂਨ ਪੁੱਲ ਵੀ ਚੁੱਕ ਦਿੱਤਾ ਜਾਂਦਾ ਹੈ ਤਾਂ ਵਾਸੀਆਂ ਵਾਲਾ। ਆਜ਼ਾਦੀ ਤੋਂ ਬਾਅਦ ਦੀ ਮੰਗ ਚੱਲੀ ਆ ਰਹੀ ਹੈ ਪਰ ਮੰਗ ਪੂਰੀ ਨਹੀਂ ਹੋ ਰਹੀ। ਸਾਡੇ ਨਾਲ ਇੱਥੇ ਬਜ਼ੁਰਗ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਪੂ ਜੀ ਕੀ ਨਾਮ ਜੀ ਆਪਣਾ? ਬਖਸ਼ੀਸ਼ ਸਿੰਘ ਜੀ। ਬਖਸ਼ੀਸ਼ ਸਿੰਘ ਜੀ, ਤੁਸੀਂ ਲੰਬੀ ਉਮਰ ਹੰਢਾਈ ਹੈ ਇਸ ਇਲਾਕੇ 'ਚ, ਇਹ ਮੰਗ ਕਦੋਂ ਦੀ ਚੱਲੀ ਆ ਰਹੀ ਹੈ ਪੱਕੇ ਪੁੱਲ? ਇਹ ਪੱਕੇ ਚੱਲਦੀ ਤਾਂ ਬਹੁਤ ਚਿਰ ਹੋ ਗਿਆ। ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਫਿਰ? ਮੁਸ਼ਕਲਾਂ ਤਾਂ ਹੁਣ ਪਾਣੀ ਅੱਗੇ ਪਾਸਾ ਪੁੱਲ ਚੁੱਕੋ ਗਿਆ ਕਿ ਪਾਣੀ ਇਸ ਨੂੰ ਲੱਭਣਾ, ਉਹ ਸਾਡੀ ਪਾਣੀ ਲੈਣਾ ਬੇੜੀ ਪੈਂਦੀ ਪੈਂਦੀ। ਅੱਛਾ, ਹੋਰ ਕਿਹੜੀਆਂ ਫਿਰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਕਿਸੇ ਵੇਲੇ ਸਿਹਤ ਖਰਾਬ ਹੋ ਜਾਵੇ ਕਿਸੇ ਦੀ? ਉਹ ਫਿਰ ਬੜੀ ਮੁਸ਼ਕਲ ਹੈ। ਉਹ ਫਿਰ ਕਦੋਂ ਮੁੰਡੇ ਨੂੰ ਮਲਾ ਨੂੰ ਛੱਡਾਂਗੇ, ਫਿਰ ਆਵੇ ਪੱਤਣ ਤੇ ਫਿਰ ਭਾਰ ਕਰੇਗਾ। ਜਦੋਂ ਫਿਰ ਪਿੰਡ ਕੱਟੇ ਜਾਂਦੇ ਆ, ਪਾਣੀ ਵੱਧ ਜਾਂਦਾ, ਪੁੱਲ ਚੁੱਕ ਲੈਂਦੇ ਆ, ਫਿਰ ਕੀ ਮਹਿਸੂਸ ਹੁੰਦਾ ਪਿੰਡ ਵਾਸੀਆਂ ਨੂੰ? ਉਹਨਾਂ ਨੂੰ ਕੋਈ ਮਹਿਸੂਸ ਤੇ ਹੋ ਰਿਹਾ, ਉਹਨਾਂ ਨੂੰ ਆਪਣਾ ਆਪ ਹੀ ਹੁੰਦਾ ਸਾਹਮਣਾ, ਆਪਣਾ ਆਪ ਹੀ ਹੁੰਦਾ ਸਾਹਮਣਾ। ਹੁਣੇ ਤੇ ਇਹ ਹੈ ਵੀ ਤੰਗ ਬੜੇ ਹੁੰਦੇ ਲੋਕ, ਇਹ ਪੀੜੀ ਵੀ ਕੋਈ ਵੀ ਕਰਦੇ ਸਾਧੋ ਕੋਈ ਨਹੀਂ, ਦੂਏ ਦਿਨ ਦਾ ਜਾ ਕੇ ਬੇੜੀ ਤੀਏ ਤੇ ਬੇੜੀ ਪੈਂਦੀ ਹੈ ਤੇ। ਹਾਂ ਜੀ, ਬਿਲਕੁਲ, ਕਿਤੇ ਨਾ ਕਿਤੇ ਇੱਥੇ ਪੱਕਾ ਪੁੱਲ ਬਣਾਉਣ ਦੀ ਜਿਹੜੀ ਮੰਗ ਹੈ ਵਾਸੀਆਂ ਦੀ, ਜਿਹੜੇ ਉਹ 8 ਪਿੰਡ ਵਸਦੇ ਨੇ ਉਹਨਾਂ ਦੀਆਂ ਮੰਗ ਜਿਹੜੀ ਹੈ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਪੱਕਾ ਪੁੱਲ ਨਹੀਂ ਬਣ ਪਾ ਰਿਹਾ। ਇਸ ਕੱਚੇ ਪੁੱਲ ਦੇ ਸਹਾਰੇ ਹੀ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਬਸਰ ਹੋ ਰਿਹਾ ਹੈ। ਪਰ ਜੇ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਦੇ ਵਿੱਚ 4 ਮਹੀਨੇ ਐਸੇ ਹੁੰਦੇ ਨੇ ਜਦੋਂ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਚੜ੍ਹ ਜਾਂਦਾ ਹੈ ਤਾਂ ਇਹ ਪੁੱਲ ਚੁੱਕ ਦਿੱਤਾ ਜਾਂਦਾ ਹੈ, ਬੇੜੀ ਬੰਦ ਹੋ ਜਾਂਦੀ ਹੈ ਅਤੇ ਇਹ ਰਾਵੀ ਦਰਿਆ ਤੋਂ ਪਾਰ ਵਸੇ 8 ਪਿੰਡਾਂ ਦਾ ਸੰਪਰਕ ਜਿਹੜਾ ਹੈ ਉਹ ਭਾਰਤ ਨਾਲੋਂ ਬਿਲਕੁਲ ਹੀ ਟੁੱਟ ਜਾਂਦਾ ਹੈ। ਬਜ਼ੁਰਗਾਂ ਦਾ ਵੀ ਇਹੀ ਕਹਿਣਾ ਸੀ ਕਿ ਇੱਥੇ ਮੰਗ ਜਿਹੜੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਪੁੱਲ ਬਣਨ ਦੇ ਨਾ ਬਣਨ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਹੁਣ ਅਸੀਂ ਅੱਗੇ ਪਿੰਡਾਂ ਦੇ ਵਿੱਚ ਵੀ ਚੱਲਾਂਗੇ, ਉੱਥੋਂ ਦੇ ਜਾ ਕੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਉੱਥੋਂ ਦੇ ਨਿਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਦਰਦ ਹਨ ਇਸ ਪੱਕੇ ਪੁੱਲ ਨੂੰ ਲੈ। ਮਕੌੜਾ ਪੱਤਣ ਤੋਂ ਉੱਤੋਂ ਪੈਟੂਨ ਪੁੱਲ ਪਾਰ ਕਰਕੇ ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ 'ਚ ਹੁਣ ਪਹੁੰਚੇ ਹਾਂ ਅਤੇ ਇਹਨਾਂ ਪਿੰਡਾਂ ਦੇ ਰਹਿਣ ਸਹਿਣ ਦੀ ਤਸਵੀਰ ਤੁਹਾਨੂੰ ਦਿਖਾ ਦਈਏ। ਪਿੰਡਾਂ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਅਹਿਮ ਸਹੂਲਤ ਹੁੰਦੀ ਹੈ ਸਿਹਤ ਸਹੂਲਤ, ਤਾਂ ਉਸ ਦੀ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਚਾਹੁੰਦਾ ਕਿ ਇਹ ਪਿੰਡ ਤੂਰ ਹੈ ਜਿਹੜਾ ਰਾਵੀ ਦਰਿਆ ਤੋਂ ਪਾਰ ਵਸਿਆ ਹੋਇਆ ਹੈ। ਇੱਥੇ ਇਹ ਸਿਹਤ ਸਹੂਲਤ ਨੂੰ ਲੈ ਕੇ ਇੱਕ ਸਬ ਸੈਂਟਰ ਦੀ ਇਮਾਰਤ ਬਣੀ ਹੋਈ ਹੈ, ਪਰ ਜੇ ਗੱਲ ਕੀਤੀ ਜਾਵੇ ਤਾਂ ਇਹ ਸਬ ਸੈਂਟਰ ਦੀ ਇਮਾਰਤ ਕੇਵਲ ਇਮਾਰਤ ਹੀ ਹੈ। ਇੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਰਾਵੀ ਤੋਂ ਪਾਰ ਵਸਦੇ ਭਾਰਤ ਦੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲ ਪਾ ਰਹੀ। ਇਮਾਰਤ ਜ਼ਰੂਰ ਬਣੀ ਹੋਈ ਹੈ ਤਾਂ ਸਹੂਲਤ ਦੇ ਪੱਖੋਂ ਕੋਈ ਵੀ ਸੁਵਿਧਾ ਇੱਥੇ ਨਹੀਂ ਮਿਲ ਪਾ ਰਹੀ। ਇਹ ਤਸਵੀਰਾਂ ਜਿੰਦੀਆਂ ਜਾਗਦੀਆਂ ਬੋਲਦੀਆਂ ਤਸਵੀਰਾਂ ਹਨ।
ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦੀ। ਸਿਹਤ ਸਹੂਲਤ ਨੂੰ ਲੈ ਕੇ ਸਬ ਸੈਂਟਰ ਬਣਿਆ ਹੈ, ਪਰ ਇੱਥੇ ਨਾ ਤਾਂ ਕੋਈ ਡਾਕਟਰ ਹੈ ਅਤੇ ਨਾ ਹੀ ਸਿਹਤ ਨੂੰ ਲੈ ਕੇ ਕੋਈ ਸਹੂਲਤ ਮੁਹੱਈਆ ਹੋ ਰਹੀ ਹੈ। ਅੱਗੇ ਵੀ ਚੱਲਦੇ ਹਾਂ ਅਤੇ ਅੱਗੇ ਚੱਲ ਕੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਹ ਕਹਿਣਾ ਚਾਹੁੰਦੇ ਨੇ, ਕਿਉਂਕਿ ਆਜ਼ਾਦੀ ਤੋਂ ਬਾਅਦ ਹਾਲੇ ਤੱਕ ਉਹਨਾਂ ਦੀ ਇੱਕ ਮੰਗ ਪੱਕੇ ਪੁੱਲ ਦੀ ਉਹ ਵੀ ਪੂਰੀ ਨਹੀਂ ਹੋ ਪਾਈ। ਇਹਨਾਂ ਪਿੰਡਾਂ ਦੇ ਵਿੱਚ ਅਗਰ ਅਹਿਮ ਇੱਕ ਸਹੂਲਤ ਦੀ ਗੱਲ ਕੀਤੀ ਜਾਵੇ ਤਾਂ ਉਹ ਸਹੂਲਤ ਹੁੰਦੀ ਹੈ ਸਿੱਖਿਆ ਦੀ। ਤਾਂ ਸਿੱਖਿਆ ਸਹੂਲਤ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਇਹਨਾਂ ਪਿੰਡਾਂ ਦੇ ਅੰਦਰ, ਤਾਂ ਸਕੂਲ ਤੁਸੀਂ ਦੇਖ ਸਕਦੇ ਹੋ ਕਿ ਬੜੇ ਵਧੀਆ ਇਮਾਰਤਾਂ ਜਿਹੜੀਆਂ ਨੇ ਉਹ ਸਰਕਾਰ ਦੇ ਵੱਲੋਂ ਬਣਾ ਕੇ ਦਿੱਤੀਆਂ ਹੋਈਆਂ ਨੇ। ਇੱਥੇ ਸਟਾਫ ਦੀ ਜ਼ਰੂਰ ਕਮੀ ਹੈ, ਕਿਉਂਕਿ ਇੱਕ ਹੀ ਅਧਿਆਪਕ ਹੈ ਇਹਨਾਂ ਸਕੂਲਾਂ ਦੇ ਅੰਦਰ, ਅਤੇ ਇਸ ਸਕੂਲ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਕੇਵਲ ਇੱਕ ਹੀ ਅਧਿਆਪਕ ਪੜ੍ਹਾਉਂਦਾ ਹੈ। ਪਰ ਅਧਿਆਪਕਾਂ ਨੂੰ ਵੀ ਇੱਥੇ ਪਹੁੰਚਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਰਾਵੀ ਦਰਿਆ ਉੱਤੇ ਪੈਂਦਾ ਇੱਕ ਪੈਟੂਨ ਪੁੱਲ ਹੀ ਇਹਨਾਂ ਦਾ ਆਸਰਾ ਹੈ ਜਿਸ ਦੇ ਰਾਹੀਂ ਇਹ ਇੱਥੇ ਪਹੁੰਚਦੇ ਨੇ। ਵਧੀਆ ਬਿਲਡਿੰਗ ਬਣੀ ਹੋਈ ਹੈ ਸਕੂਲ ਦੀ, ਅੰਦਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬੱਚੇ ਵੀ ਇੱਥੇ ਜ਼ਰੂਰ ਪੜ੍ਹਨ ਲਈ ਆਏ ਹੋਏ ਨੇ। ਪਰ ਚੱਲ ਕੇ ਜੋ ਇੱਥੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਸਰ ਮੁਸ਼ਕਲਾਂ ਇਹੋ ਹੀ ਹੈ ਕਿ ਜਦੋਂ ਦਰਿਆ ਤੋਂ ਪੁੱਲ ਚੁੱਕਿਆ ਹੁੰਦਾ ਫਿਰ ਅਸੀਂ ਬੇੜੀ 'ਚ ਆਉਂਦੇ ਹਾਂ, ਔਰ ਬੇੜੀ 'ਚੋਂ ਜਿਲ੍ਹੇ ਅਸੀਂ ਉਤਰਨੇ ਹਾਂ ਅਤੇ ਫਿਰ ਜਿਹੜੇ ਬੇੜੀ 'ਚ ਲੋਕ ਬੈਠੇ ਹੁੰਦੇ ਆ ਉਹਦੇ ਨਾਲ ਅਸੀਂ ਲਿਫਟ ਲੈ ਕੇ ਆਉਂਦੇ ਹਾਂ, ਉਹ ਸਾਨੂੰ ਥੋੜ੍ਹੀ ਜਿਹੀ ਦਿੱਕਤ ਹੈ ਪੁੱਲ ਦੀ। ਬਾਕੀ ਤਾਂ ਫਿਲਹਾਲ ਪੁੱਲ ਪਿਆ ਹੋਏ ਤਾਂ ਫਿਰ ਤਾਂ ਠੀਕ ਹੈ। ਜਦੋਂ ਫਿਰ ਪੁੱਲ ਚੁੱਕ ਦਿੰਦੇ ਨੇ ਫਿਰ ਸਰ ਅਸੀਂ ਲੋਕਾਂ ਨਾਲ ਹੀ ਆਉਂਦੇ ਹਾਂ, ਇੱਧਰ ਦੇ ਵਸਨੀਕ ਹੈ ਨਾ ਜਿਹੜੇ ਲੋਕ ਉਹਨਾਂ ਨਾਲ ਹੀ ਆਉਂਦੇ ਹਾਂ, ਕਿਉਂਕਿ ਉਹ ਅੱਧੇ ਲੋਕ ਹੈ ਜਿਹੜੇ ਥੋੜ੍ਹੇ ਉੱਧਰ ਰਹਿੰਦੇ ਆ ਉਹ ਆਪਣੇ ਪੈਲੀਆਂ 'ਚ ਸਵੇਰੇ ਸਵੇਰੇ ਇੱਧਰ ਚੱਕਰ ਮਾਰਨ ਆਉਂਦੇ ਆ, ਫਿਰ ਅਸੀਂ ਉਹਨਾਂ ਨਾਲ ਹੀ ਆ ਜਾਂਦੇ ਹਾਂ। ਅਤੇ ਜਦੋਂ ਪੁੱਲ ਚੁੱਕ ਦਿੰਦੇ ਉਦੋਂ ਸਹਾਰਾ ਰਹਿ ਜਾਂਦਾ ਬੇੜੀ ਇੱਕ, ਪਰ ਜਦੋਂ ਪਾਣੀ ਜ਼ਿਆਦਾ ਵੱਧ ਜਾਂਦਾ ਉਦੋਂ ਬੇੜੀ ਵੀ ਕਈ ਦਿਨ ਬੰਦ ਹੋ ਜਾਂਦੀ ਹੈ, ਉਦੋਂ ਫਿਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਕਈ ਦਿਨ ਬੰਦ ਨਹੀਂ ਹੁੰਦੀ, ਮਤਲਬ ਕਿ ਜਿੱਦਾਂ ਪਾਣੀ ਦਾ ਫਲੋ ਘੱਟ ਜਾਏ ਤਾਂ ਬੇੜੀ ਪਾ ਦਿੰਦੇ ਆ। ਹਾਂਜੀ, ਉਦੋਂ ਫਿਰ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਤੁਹਾਨੂੰ? ਸਰ ਮੁਸ਼ਕਲਾਂ ਇਹੋ ਹੀ ਹੈ ਕਿ ਫਿਰ ਸਾਨੂੰ ਥੋੜ੍ਹਾ ਜੇ ਅਸੀਂ ਇੱਧਰ ਹੋਈਏ ਤਾਂ ਸਾਨੂੰ ਇੱਧਰੋਂ ਬੜੀ ਵੇਟ ਕਰਨੀ ਪੈਂਦੀ ਹੈ ਸ਼ਾਮ ਤੱਕ ਜਾਣਾ ਪੈਂਦਾ ਵਾਪਸ, ਕਿਉਂਕਿ ਸਵੇਰੇ ਤਾਂ ਅਸੀਂ ਆਏ ਨੇ, ਜੇ ਰਾਤ ਪਾਣੀ ਆਇਆ ਸਵੇਰ ਨੂੰ ਉਹ ਉੱਤਰ ਜਾਣਾ, ਬੇੜੀ ਪਏ ਨਹੀਂ ਆ, ਜੇ ਦੁਪਹਿਰ ਨੂੰ ਆ ਗਿਆ ਤਾਂ ਫਿਰ ਉਹ ਸ਼ਾਮ ਨੂੰ ਉਤਰਨਾ, ਕਿਉਂਕਿ ਪਾਣੀ ਅੱਗੇ ਲੰਘ ਜਾਂਦਾ ਪਾਕਿਸਤਾਨ ਨੂੰ ਕਹਿੰਦੇ ਆ, ਅਤੇ ਪਾਣੀ ਜਿੱਦਾਂ ਆਉਂਦਾ ਨਿਕਲ ਜਾਂਦਾ ਰੁਕਦਾ ਨਹੀਂ ਹੈ, ਅਤੇ ਫਿਰ ਬੇੜੀ ਜਿੰਨੇ ਟਾਈਮ ਨਾਲ ਪਏ ਅਸੀਂ ਉਨੇ ਟਾਈਮ ਨਾਲ ਫਿਰ ਚੱਲ ਜਾਂਦੇ ਵਾਪਸ। ਤੁਹਾਡੇ ਕੋਲ ਕਿੰਨੇ ਇਸ ਵੇਲੇ ਸਕੂਲ 'ਚ ਬੱਚੇ ਪੜ੍ਹਦੇ ਨੇ? ਸਰ ਮੇਰੇ ਕੋਲ 36 ਬੱਚੇ ਆ ਪ੍ਰੀ ਪ੍ਰਾਇਮਰੀ ਤੋਂ। ਅਧਿਆਪਕ ਕਿੰਨੇ ਨੇ? ਮੈਂ ਸਰ ਇਕੱਲੀ ਹਾਂ। ਜੀ ਬਿਲਕੁਲ, ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹਨਾਂ ਪਿੰਡਾਂ ਦੀ ਜਿਹੜੀ ਮੰਗ ਹੈ ਪੱਕਾ ਪੁੱਲ ਬਣਾ ਕੇ ਦੇਣ ਦੀ, ਉਸ ਨੂੰ ਲੈ ਕੇ ਹਾਲੇ ਵੀ ਉਹ ਮੰਗ ਪੂਰੀ ਨਹੀਂ ਹੋਈ। ਪਰ ਜਿੱਥੇ ਪਿੰਡਾਂ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਸਕੂਲ ਦੇ ਵਿੱਚ ਪੜ੍ਹਾਉਣ ਆਉਣ ਵਾਲੇ ਅਧਿਆਪਕਾਂ ਨੂੰ ਵੀ ਜ਼ਰੂਰ ਸਾਹਮਣਾ ਕਰਨਾ ਪੈਂਦਾ ਉਹਨਾਂ ਮੁਸ਼ਕਲਾਂ ਦਾ, ਜਦੋਂ ਪੁੱਲ ਪਾਰ ਕਰਕੇ ਇੱਧਰ ਆਉਣਾ ਪੈਂਦਾ ਹੈ ਜਾਂ ਫਿਰ ਜਦੋਂ ਬੇੜੀ ਦੇ ਰਸਤੇ ਇੱਧਰ ਆਉਣਾ ਪੈਂਦਾ ਹੈ। ਹੋਰ ਵੀ ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ ਗੱਲਬਾਤ ਕਰਾਂਗੇ ਅਤੇ ਨਾਲ ਤੁਹਾਨੂੰ ਇਸ ਪਿੰਡਾਂ ਦੇ ਹਾਲਾਤ ਵੀ ਜ਼ਰੂਰ ਦਿਖਾਵਾਂਗੇ। ਦਰਿਆ ਅਤੇ ਮਕੋੜਾ ਪੱਤਨ ਪਾਰ ਕਰਕੇ ਪਿੰਡਾਂ 'ਚ ਪਹੁੰਚੇ ਹਾਂ। ਇਹ ਪਿੰਡ ਭਾਰਤ ਦੀ ਸਰਹੱਦ 'ਚ ਹੀ ਲੱਗਦੇ ਨੇ, ਪਰ ਜਦੋਂ ਕਿਤੇ ਦਰਿਆ 'ਚ ਪਾਣੀ ਵੱਧ ਜਾਵੇ, ਕਟੂਨ ਪੁੱਲ ਚੁੱਕਿਆ ਜਾਵੇ, ਬੇੜੀ ਰੁਕ ਜਾਵੇ, ਤਾਂ ਇਹਨਾਂ ਪਿੰਡਾਂ ਦਾ ਸੰਪਰਕ ਜਿਹੜਾ ਹੈ ਉਹ 4 ਮਹੀਨੇ ਭਾਰਤ ਨਾਲੋਂ ਟੁੱਟ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੀ ਮੰਗ ਉੱਠ ਰਹੀ ਹੈ ਕਿ ਇਸ ਰਾਵੀ ਦੇ ਦਰਿਆ 'ਤੇ ਪੁੱਲ ਪੱਕਾ ਬਣਾ ਕੇ ਦਿੱਤਾ ਜਾਵੇ, ਪਰ ਉਹ ਮੰਗ ਹਾਲੇ ਵੀ ਫਾਈਲਾਂ 'ਚ ਹੀ ਕਿਤੇ ਦੱਬੀ ਦਿਖਾਈ ਦੇ ਰਹੀ ਹੈ। ਪੁੱਲ ਨਹੀਂ ਬਣ ਪਾ ਰਿਹਾ, ਜਿਸ ਦੇ ਕਾਰਨ ਲੋਕਾਂ ਨੂੰ ਇਹਨਾਂ ਪਿੰਡਾਂ ਦਿਆਂ ਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਨੇ। ਸਾਡੇ ਨਾਲ ਇਹਨਾਂ ਪਿੰਡਾਂ ਦੇ ਲੋਕ ਅਤੇ ਮੋਹਤਬਰ ਇੱਥੇ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਸਹਿਣੀਆਂ ਪੈ ਰਹੀਆਂ ਨੇ ਅਤੇ ਕਿਹੜੀਆਂ ਦਿੱਕਤਾਂ ਦੀ
ਜਦੋਂ ਆਉਂਦੀਆਂ ਨੇ ਤੇ ਉਹਨਾਂ ਦਾ ਹੱਲ ਕਿਵੇਂ ਕੱਢਿਆ ਜਾਂਦਾ? ਵੀਰ ਜੀ ਕੀ ਨਾਮ ਆਪਣਾ ਜੀ? ਮੇਰਾ ਨਾਮ ਰੂਪ ਸਿੰਘ। ਰੂਪ ਸਿੰਘ ਜੀ, ਇਹ ਦੱਸੋ ਕਿ ਇਸ ਮਕੌੜਾ ਪੱਤਣ ਤੋਂ ਪਾਰ ਤਕਰੀਬਨ ਕਿੰਨੇ ਪਿੰਡ ਵੱਸਦੇ ਨੇ? ਛੇ ਪਚਾਤਾਂ, ਸੱਤ ਪਿੰਡ ਹੈ ਸਰ ਜੀ। ਤੇ ਪੁਲ ਦੀ ਮੰਗ ਜਿਹੜੀ ਆਜ਼ਾਦੀ ਵੇਲੇ ਦੀ ਚੱਲੀ ਆ ਰਹੀ ਹੈ, ਕਿਹੜੀਆਂ 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 ਮੁਸ਼ਕਿਲਾਂ ਸਹਿਣੀਆਂ ਪੈਂਦੀਆਂ? ਸਰ ਬਰਸਾਤ ਦੇ ਦਿਨਾਂ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਸਭ ਤੋਂ ਪਹਿਲਾਂ ਤੁਹਾਡੇ ਬੱਚਿਆਂ ਦੀ ਪੜ੍ਹਾਉਂਦਾ, ਇੱਕ ਇੱਕ ਇਹ ਕਰਕੇ ਸਾਨੂੰ ਪੱਕੇ ਪੁਲ ਦੀ ਬਹੁਤ ਚਾਹੀਦੇ ਹਨ, ਪੱਕਾ ਪੁਲ ਚਾਹੀਦਾ। ਬੜੇ ਚਿਰ ਦੀ ਸਾਡੀ ਇਹੋ ਸਮੱਸਿਆ ਪੱਕੇ ਪੁਲ ਦੀ ਚੱਲ ਰਹੀ। ਸਾਡੇ ਸਾਰੇ ਲੋਕ ਇਹੋ ਚਾਹੁੰਦੇ ਨੇ ਕਿ ਪੱਕਾ ਪੁਲ ਬਣ ਜਾਵੇ, ਕਿਉਂਕਿ ਸਾਡੇ ਬੱਚੇ ਵੀ ਪੜ੍ਹਾਈ ਜਾ ਸਕਣ, ਆਵਾਜਾਈ ਦਾ ਸਾਧਨ ਸਹੀ ਹੋ ਜਾਵੇ, ਅਤੇ ਸਾਡੀ ਪੱਕੇ ਪੁਲ ਦੀ ਸਭ ਤੋਂ ਵੱਡੀ ਮੰਗ ਪੱਕਾ ਪੁਲ ਹੈ। ਜਦੋਂ ਬੇੜੀ ਦਾ ਸਮਾਂ ਹੁੰਦਾ, ਕੁਛ ਵੀ ਸਮੇਂ ਅਨੁਸਾਰ ਹੀ ਚੱਲਦੀ ਆ, ਜਦੋਂ 6 ਵਜੇ ਤੋਂ ਬਾਅਦ ਬੇੜੀ ਵੀ ਰੁਕ ਜਾਂਦੀ ਆ, ਉਦੋਂ ਫਿਰ ਰਾਤ ਵੇਲੇ ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਜਾਏ ਤਾਂ ਕਿਸ ਤਰੀਕੇ ਦਾ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ? ਸਰ ਮੁਸ਼ਕਿਲ ਕਈ ਵਾਰੀ ਫਿਰ ਨਹੀਂ ਵੀ ਕਿਸ਼ਤੀ ਆਉਂਦੀ ਰਾਤ ਬਰਾਤੀ, ਅਤੇ ਕਈ ਸਾਡੇ ਇੱਥੇ ਡੈਥ ਵੀ ਆ, ਕੇਸ ਹੋ ਗਿਆ ਵੀ ਜਿਹੜੇ ਬਿਮਾਰ ਹੋ ਜਾਂਦੇ ਆ, ਅਸੀਂ ਨਹੀਂ ਜਾ ਪਾਉਂਦੇ ਤਾਂ ਡੈਥ ਹੋ ਜਾਂਦੀ। ਜ਼ਿਆਦਾ ਸਾਡੀ ਸਮੱਸਿਆ ਤਾਂ ਪੁਲ ਦੀ ਆ, ਪੁਲ ਬਣਿਆ ਜਾਏ ਤਾਂ ਅਸੀਂ ਆਵਾਜਾਈ ਦਾ ਸਾਧਨ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਰਾਤ ਬਰਾਤੀ ਸਾਡੇ ਜਿਹੜੇ ਮਲਾਹ ਆ ਸਾਡੀ ਬਹੁਤ ਮਦਦ ਕਰਦੇ, ਕਈ ਵਾਰੀ ਰਾਤ ਅਸੀਂ ਫੋਨ ਕਰਕੇ ਉਹਨੂੰ ਸੱਦ ਲੈਂਦੇ ਹਾਂ, ਜ਼ਿਆਦਾ ਬਿਮਾਰ ਹੋਏ ਤਾਂ ਸਾਨੂੰ ਟਪਾ ਵੀ ਦਿੰਦੇ ਆ, ਜੇ ਜ਼ਿਆਦਾ ਪਾਣੀ ਹੋਏ ਤਾਂ ਨਹੀਂ ਵੀ ਆ ਸਕਦੇ, ਪਰ ਸਭ ਤੋਂ ਵੱਧ ਸਾਡੀ ਮਦਦ ਮਲਾਹ ਕਰਦੇ ਆ ਰਾਤ ਵੇਲੇ। ਹੁਣ ਫਿਲਹਾਲ ਜੋ ਪਤਾ ਚੱਲਿਆ ਕਿ ਸਰਕਾਰਾਂ ਵੱਲੋਂ ਮਨਜ਼ੂਰ ਹੋ ਗਿਆ ਪੁਲ, ਪਰ ਹੁਣ ਕਿਉਂ ਲਟਕਿਆ ਹੋਇਆ? ਸਰ ਲਟਕਿਆ ਸਾਨੂੰ ਮੇਰੇ ਤਾਂ ਪੂਰੀ ਦਵਾਨ ਰਿਹਾ ਵੀ ਤੁਹਾਡਾ ਪੁਲ ਬਣ ਜਾਏਗਾ। ਪਹਿਲਾਂ 70 ਕਰੋੜ ਰੁਪਏ ਮਨਜ਼ੂਰ ਹੋਏ ਅੱਜ ਤੋਂ 3-4 ਸਾਲ ਪਹਿਲਾਂ, ਅੱਜ ਬਣਾਉਂਦੇ ਕੱਲ੍ਹ ਬਣਾਉਂਦੇ, ਹੁਣ 105 ਕਰੋੜ ਰੁਪਏ ਮਨਜ਼ੂਰ ਹੋਏ ਦਾ, ਇਹ ਸਰਕਾਰ ਸਾਡੇ ਇਲਾਕੇ ਵੱਲ ਦਿਖਦੀ ਨਹੀਂ, ਪੈਸੇ ਆ ਗਏ ਆ, ਪੁਲ ਦਾ ਕੰਮ ਸ਼ੁਰੂ ਨਹੀਂ ਕਰਨ ਦੇ, ਸਾਰੀਆਂ ਪਾਰਟੀਆਂ ਇੱਥੇ ਆਣ ਕੇ ਲੱਡੂ ਵੰਡ ਗਈਆਂ ਸੀ, ਕੰਮ ਪੁਲ ਦਾ ਸ਼ੁਰੂ ਨਹੀਂ ਕੀਤਾ। ਵੋਟਾਂ ਦਾ ਵੀ ਤੁਸੀਂ ਬਾਈਕਾਟ ਕਰਦੇ? ਵੋਟਾਂ ਦਾ ਵੀ ਅਸੀਂ ਬਾਈਕਾਟ ਕੀਤਾ ਵੀ ਜੇ ਪੁਲ ਨਹੀਂ ਤਾਂ ਵੋਟ ਨਹੀਂ, ਅਸੀਂ ਸਾਰੇ ਪਿੰਡਾਂ ਬਾਈਕਾਟ ਕੀਤਾ ਸੀ, ਕੁਛ ਵੋਟਾਂ 2-4 ਵਿੱਚੋਂ ਲੋਕਾਂ ਪਾ ਹੀ ਦਿੱਤੀਆਂ, ਪ੍ਰਸ਼ਾਸਨ ਨੇ ਆਣ ਕੇ ਤੰਗ ਕੀਤਾ ਸੀ, ਡੀਸੀ ਸਾਹਿਬ ਇੱਥੇ ਆਏ, ਲੋਕਾਂ ਦੇ ਦਬਾਅ ਪਾਇਆ ਸੀ ਵੀ ਵੋਟਾਂ ਪਾਓ, ਅਤੇ ਸਾਡੇ ਲੋਕਾਂ ਇਹੋ ਗੱਲ ਕਹੀ ਵੀ ਅਸੀਂ ਵੋਟਾਂ ਨਹੀਂ ਪਾਉਣੀਆਂ ਜਿੰਨੇ ਸਾਡਾ ਪੁਲ ਨਹੀਂ ਬਣਿਆ, ਪੁਲ ਬਣ ਦਿਓ ਤਾਂ ਵੋਟਾਂ ਪਾ ਦੇਵਾਂਗੇ, ਅਸੀਂ ਅੱਗੇ ਤੋਂ ਵੀ ਇਹੋ ਕਰਾਂਗੇ, ਜੇ ਨਹੀਂ ਪੁੱਲ ਵਜਾ ਤਾਂ ਵੋਟਾਂ ਨਹੀਂ ਪੈਣਗੀਆਂ ਜੀ। ਬਿਲਕੁਲ, ਪੁੱਲ ਦੀ ਮੰਗ ਹਾਲੇ ਵੀ ਉਸੇ ਤੇ ਹੀ ਖੜੀ ਆ। ਵੀਰ ਜੀ, ਜੇ ਗੱਲ ਕੀਤੀ ਜਾਵੇ ਤਾਂ ਪੁੱਲ ਨਾ ਬਣਨ ਦੇ ਕਾਰਨ ਕਿਸਾਨਾਂ ਨੂੰ ਅਗਰ ਗੱਲ ਕੀਤੀ ਜਾਵੇ, ਖੇਤੀ ਨੂੰ ਲੈ ਕੇ, ਫਸਲਾਂ ਨੂੰ ਲੈ ਕੇ ਕਿਹੜੀਆਂ ਮੁਸ਼ਕਿਲਾਂ ਸਾਹਮਣਾ ਕਰਨਾ? ਬਹੁਤ ਪਰੇਸ਼ਾਨੀ ਹੈ ਜੀ, ਥੋੜ੍ਹਾ ਥੋੜ੍ਹੇ ਸਾਡੇ ਕੋਲ ਸਮਾਨ ਖੜਨੇ ਪੈਂਦਾ, ਜਿੱਦਾਂ ਜੇ ਕਿਸੇ ਕੋਲ 50 ਕੁਇੰਟਲ ਆ ਤਾਂ ਉਹਨੂੰ 40 ਲੰਘਣਾ ਪੁੱਲ ਤੋਂ ਜੀ, ਅਤੇ 2 ਫੇਰੇ ਲੱਗ ਜਾਣਾ, ਅਤੇ ਕਿੰਨਾ ਆਰਥਿਕ ਸਾਡਾ ਨੁਕਸਾਨ ਹੋਣਾ ਜੀ, ਵੱਧ ਖਰਚਾ ਪੈਣਾ ਡੀਜ਼ਲ, ਜੇ ਕਿਸੇ ਨੇ ਕਿਰਾਏ 'ਤੇ ਖਾਣਾ ਤਾਂ ਉਹਨੂੰ ਡਬਲ ਕਿਰਾਇਆ ਪੈਣਾ ਜੀ। ਸਿਹਤ ਸਹੂਲਤਾਂ ਨੂੰ ਲੈ ਕੇ ਕੋਈ ਸੁਵਿਧਾ ਹੈਗੀ ਇਹਨਾਂ ਪਿੰਡਾਂ 'ਚ? ਨਾ ਜੀ, ਬਿਲਕੁਲ ਨਾ ਮਾਤਰ ਆ ਜੀ, ਰਾਤ ਦੀ ਤਾਂ ਕੋਈ ਸਹੂਲਤ ਨਹੀਂ ਜੀ, ਦਿਨ ਦੇ ਮਾੜੇ ਮੋਟੇ ਡਾਕਟਰ ਹੁਣ ਆਉਂਦੇ ਆ ਜੀ, ਅਤੇ ਰਾਤ 'ਤੇ ਬੜੀ ਰੱਬ ਸਹਾਰੇ ਜੀ। ਕਦੋਂ ਦੀ ਮੰਗ ਚੱਲੀ ਆ ਰਹੀ ਹੈ? 70 ਸਾਲ ਤੋਂ ਚੱਲੀ ਆ ਰਹੀ ਹੈ ਜੀ ਮੰਗ। ਹਾਂਜੀ, ਹਾਲਾਤ ਕੀ ਨੇ ਵੈਸੇ ਇਹਨਾਂ ਪਿੰਡਾਂ ਦੇ? ਪਹਿਲਾਂ ਕੀ ਹਾਲਾਤ ਸੀ ਅਤੇ ਹੁਣ ਕੀ ਨੇ? ਪਹਿਲੇ 10-15 ਹਜ਼ਾਰ ਆਬਾਦੀ ਸੀ, ਚਹਿਲ ਪਹਿਲ ਸੀ, ਪੂਰਾ ਇਲਾਕਾ ਵੱਸਦਾ ਸੀ ਜੀ, ਹੁਣ ਉੱਜੜ ਗਿਆ ਜੀ ਇਲਾਕਾ, ਸਾਰੀਆਂ ਪਾਰਟੀਆਂ ਲਗਭਗ ਸਾਡੇ ਉਜਾੜੇ ਦੀ ਜ਼ਿੰਮੇਵਾਰ ਆ ਜੀ। ਇਹ ਤਾਂ ਕਸ਼ਮੀਰੀ ਪੰਡਿਤਾਂ ਨਾਲ ਵੀ ਸਾਡੇ ਨਾਲ ਮਾੜੀ ਹੋਈ ਹੈ ਜੀ, ਜਿੱਦਾਂ ਕਸ਼ਮੀਰੀ ਪੰਡਿਤ ਅੱਤਵਾਦ ਕਾਰਨ ਉੱਜੜ ਗਏ, ਸਾਨੂੰ ਤਾਂ ਸਰਕਾਰਾਂ ਨੇ ਉਜਾੜਤਾ ਜੀ, ਅਤੇ ਸਰਕਾਰਾਂ ਜ਼ਿੰਮੇਵਾਰ ਆ ਜੀ ਸਾਡੇ ਉਜਾੜੇ ਦੀਆਂ। ਹੁਣ ਬਾਕੀ 3,000-2,500 ਰਹਿ ਗਈ ਹੈ ਜੀ, ਅਤੇ ਇਹ ਵੀ ਉੱਜੜ ਜਾਣੀ ਜੇ ਨਹੀਂ ਬਣਿਆ ਜੀ। ਬਿਲਕੁਲ, ਕਿਤਨਾ ਕਿਤੇ ਉਜਾੜ ਆ ਜਿਹੜਾ ਇਹਨਾਂ ਪਿੰਡਾਂ 'ਚ ਸਾਫ ਤੌਰ 'ਤੇ ਨਜ਼ਰ ਆ ਰਿਹਾ। ਬਜ਼ੁਰਗੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰੀਕੇ ਦੀਆਂ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਨੇ ਕੱਚਾ ਪੁੱਲ ਹੋਣ ਕਰਕੇ, ਜਦੋਂ ਉਹ ਵੀ ਚੁੱਕ ਦਿੱਤਾ ਜਾਂਦਾ ਹੈ ਤਾਂ ਉਦੋਂ ਕਿਹੜੀਆਂ ਮੁਸ਼ਕਿਲਾਂ ਸਹਿਣੀਆਂ? ਮੁਸ਼ਕਿਲਾਂ ਇਹੀ ਜੋ ਦੱਸ ਰਹੇ ਨੇ ਬਹੁਤ ਵਾਰ, ਉਹਦੇ ਮਤਲਬ ਇਹੀ ਮੁਸ਼ਕਿਲਾਂ ਨੇ ਵੀ ਆਉਣ ਜਾਣ ਦਾ ਸਾਧਨ ਕੋਈ ਨਹੀਂ, ਦੂਰਾ ਫਸਲ ਪਾਣੀ ਬਹੁਤ ਔਖੀ ਹੈ, ਅਤੇ ਕੋਈ ਰਾਤ ਬਰਾਤ ਬਿਮਾਰ ਹੋ ਜਾਂਦਾ ਉਹ ਕਿਤੇ ਜਾ ਨਹੀਂ ਸਕਦਾ, ਇਵੇਂ ਹੀ ਦੱਸਣ ਡੇ ਇਹੀ ਮੁਸ਼ਕਿਲਾਂ ਸਾਰੇ ਲੋਕਾਂ ਨੂੰ। ਬੱਚਿਆਂ ਨੂੰ ਲੈ ਕੇ ਕੋਈ ਮੁਸ਼ਕਿਲਾਂ ਆਉਂਦੀਆਂ ਪੜ੍ਹਾਈ ਨੂੰ ਲੈ ਕੇ ਜਾਣ ਜੀ? ਹੁਣ ਜਿਹੜੇ ਬੱਚੇ ਨੇ ਇੱਥੋਂ ਗੁਰਦਾਸਪੁਰ ਸਕੂਲ ਜਾਣਾ, ਉਹ ਟਾਈਮ ਨਹੀਂ ਪਹੁੰਚ ਪਾਉਂਦਾ, ਉਹਦੀ ਪੜ੍ਹਾਈ ਮਤਲਬ ਰਾਦੀ ਹੈ।
ਬਿਲਕੁਲ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰੀਕੇ ਦੀਆਂ ਲੱਗਦੀਆਂ ਨੇ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਮੁਸ਼ਕਲਾਂ ਤਾਂ ਇੱਥੇ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਆ ਕੇ ਦੇਖਿਆ ਜੀ ਸਾਡੇ ਹਲਾਤੇ ਦੇ ਹਾਲਾਤ। ਜਿਹੜਾ ਕੋਈ ਸਰਕਾਰੀ ਮੁਲਾਜ਼ਮ ਕੋਈ ਵੀ ਮੁਲਾਜ਼ਮ ਆ, ਉਹ ਆਉਂਦੇ ਸਰ ਸਾਨੂੰ ਪਹਿਲਾਂ ਤਾਂ ਦਰਿਆ ਤੋਂ ਪਾਰ ਗਾਲਾਂ ਕੱਢਦੇ ਆ, ਕਿਸੇ ਜਿਹੇ ਇਲਾਕਾ ਕਿਹੋ ਜਿਹਾ ਹੈ, ਇਹਦੇ ਇਲਾਕੇ ਨੂੰ ਤਾਂ ਪਾਕਿਸਤਾਨ ਰਲਾ ਦਾ ਚੰਗਾ। ਅਸੀਂ ਵੀ ਇਹ ਚੀਜ਼ ਚਾਹੁੰਦੇ ਵੀ ਇਹ ਸਾਨੂੰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਕਿ ਇਹ ਇਲਾਕਾ ਹਿੰਦੁਸਤਾਨ ਤੋਂ ਅਲੱਗ, ਸਾਨੂੰ 47 ਤੋਂ ਲੈ ਕੇ ਅੱਜ ਤੱਕ ਸਾਡੇ ਲੋਕਾਂ ਦੀ ਇਹੋ ਮੰਗ ਤੁਰੀ ਆਈ ਹੈ, ਸਾਨੂੰ ਵੀ ਹਿੰਦੁਸਤਾਨ ਨਾਲ ਰਲਾ ਲਓ, ਪਰ ਸਾਡੀ ਤਾਂ ਸਰਕਾਰ ਕੋਈ ਸੁਣਦਾ ਹੀ। ਵੋਟਾਂ ਤਾਂ ਜਦੋਂ ਵੋਟਾਂ ਲੈਣੀਆਂ ਉਦੋਂ ਸੀਮਤ ਹੁੰਦੇ ਨੇ, ਮਾੜੇ ਜਾਂਦੇ ਨੇ, ਮੁੜ ਕੇ ਸਾਨੂੰ ਨਹੀਂ ਪਤਾ ਕਿੱਥੇ ਜਾਂਦੇ। ਜਦੋਂ 4 ਮਹੀਨੇ ਨਾਤਾ ਟੁੱਟ ਜਾਂਦਾ ਵਾ, ਦਰਿਆ 'ਚ ਪਾਣੀ ਕਾਫੀ ਹੋ ਜਾਂਦਾ, ਬੇੜੀ ਰੁਕ ਜਾਂਦੀ ਹੈ, ਪੁਲ ਚੁੱਕ ਦਿੱਤੇ ਜਾਂਦੇ ਨੇ, ਉਦੋਂ ਨਾਤਾ ਟੁੱਟ ਜਾਂਦਾ ਤੁਹਾਡਾ, ਫਿਰ ਕਿਸ ਤਰ੍ਹਾਂ ਰਾਬਤਾ ਕਾਇਮ ਰਹਿੰਦਾ ਵਾ, ਜਾਂ ਫਿਰ ਕਿਹੜੀਆਂ ਉਦੋਂ ਉਸ ਸਮੇਂ 'ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਸਾਡੇ ਇਸ ਇਲਾਕੇ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ, ਜਿਹੜਾ ਪਾਰੋਂ ਬੰਦਾ ਕੋਈ ਸੰਸਕਾਰ 'ਤੇ ਵੀ ਆਉਂਦਾ ਨਾ, ਉਹ ਵੀ ਪਾਰ ਖੜੋ ਕੇ ਗਾਲਾਂ ਕੱਢ ਕੇ ਪਿੱਛੇ ਨੂੰ ਮੁੜ ਜਾਂਦਾ। ਇਹਦਾ ਤਾਂ ਨਾ ਹੀ ਮਰਦ ਅਤੇ ਮਰਦਾਂ ਦੀ ਚੰਗੀ ਗੱਲ ਹੈ, ਜੇ ਮਰਨਾ ਤਾਂ ਰੱਬ ਦੇ ਮਹਾਂਸ ਦੀ ਗੱਲ, ਅਸੀਂ ਉੱਧਰ ਡੀਕਦੇ ਨੇ ਉਹ ਇੱਧਰ ਡੀਕਦੇ ਨੇ ਸਾਨੂੰ, ਵੀ ਇਹ ਅਸੀਂ ਸੰਪਰਕ ਨਹੀਂ ਹੋ ਸਕਦੇ ਇੱਕ ਦੂਜੇ ਨਾਲ। ਪਿਛਲੇ ਵਾਰ ਇੱਕ ਭਰਿਆਲ ਤੋਂ ਜਨਾਨੀ ਦੀ ਡੈਥ ਹੋ ਗਈ ਅਤੇ ਉਹਦਾ 10ਵਾਂ ਸੀ, ਇਹਨਾਂ ਉਹਨਾਂ ਵਿਚਾਰਿਆਂ ਨੇ ਗਰੀਬ ਘਰ ਸੀ, ਉਹਨਾਂ ਖਰਚਾ ਖੁਰਚਾ ਕਰ ਛੱਡਿਆ ਸਾਰਾ ਹੀ, ਜਿੰਨੇ ਰਿਸ਼ਤੇਦਾਰ ਆਏ ਉਹ ਪਾਰ ਹੀ ਖੜੋ ਗਏ, ਉਹ ਪਾਰੋਂ ਹੋ ਕੇ ਚਲੇ ਗਏ, ਇੱਧਰ ਬੜਾ ਹੀ ਕੋਈ ਉਹਨਾਂ ਦਾ ਰਾਸ਼ਨ ਹੀ ਖਰਾਬ ਹੋ ਗਿਆ, ਇਹ ਤਾਂ ਲੋਕਾਂ ਦੇ ਹਾਲਾਤ ਆ ਇੱਧਰ। ਅਤੇ ਜਿਹੜਾ ਪੁਲ ਦੀ ਗੱਲ ਹੈ, ਪੁਲ B&R ਵੱਲੋਂ ਬਣਾਇਆ ਜਾ ਰਿਹਾ, ਅਤੇ ਪੁਲ ਦਾ ਕੰਮ ਜਿਹੜਾ ਉਹ ਟੈਂਡਰਿੰਗ ਪ੍ਰੋਸੈਸ 'ਤੇ ਆ, ਜਲਦੀ B&R ਟੈਂਡਰ ਲਾ ਕੇ ਪੁਲ ਦਾ ਕੰਮ ਸ਼ੁਰੂ ਕਰ ਦੇਗਾ। ਇਹਦੇ ਬਾਰੇ B&R ਵਾਲੇ ਜ਼ਿਆਦਾ ਡਿਟੇਲ 'ਚ ਦੱਸ ਸਕਦੇ ਆ, ਕਿਉਂਕਿ ਸਾਡਾ ਜਿਹੜਾ ਸੰਬੰਧ ਹੈ ਉਹ ਕਨਾਲ ਨਾਲ ਜਾਂ ਪਾਣੀ ਨਾਲ ਹੈਗਾ, ਅਸੀਂ ਉੱਥੇ ਬੰਨ੍ਹ ਦੀ ਪ੍ਰਪੋਜ਼ਲ ਬਣਾ ਰਹੇ ਹਾਂ, ਰਾਵੀ ਸੈਕਿੰਡ ਰਾਵੀ ਬਿਆਸ ਲਿੰਕ ਦਾ ਪ੍ਰੀ ਫਿਜ਼ੀਬਿਲਟੀ ਰਿਪੋਰਟ ਜਿਹੜੀ ਹੈ ਉਹ ਸੈਂਟਰਲ ਗੌਰਮੈਂਟ ਨੇ ਸਾਡੇ ਤੋਂ ਮੰਗੀ ਆ, ਅਸੀਂ ਤਿਆਰ ਕਰਕੇ ਭੇਜ ਰਹੇ ਹਾਂ, ਅਤੇ ਸਾਨੂੰ ਆਸ ਹੈ ਵੀ ਸਾਡਾ ਉਹ ਪ੍ਰੋਜੈਕਟ ਭਾਰਤ ਸਰਕਾਰ ਜਲਦੀ ਮਨਜ਼ੂਰ ਕਰ ਦੇਵੇਗੀ। ਲੋ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਕਿ ਇੱਥੇ ਮਕੌੜੇ ਪੱਤਣ ਦੇ ਉੱਤੇ ਪੁਲ ਨਾ ਬਣਨ ਕਰਕੇ ਕਿਸ ਤਰੀਕੇ ਦੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਉਸੇ ਦੇ ਚੱਲਦਿਆਂ ਹੁਣ ਅਸੀਂ ਇੱਕ ਬੇਟੀ ਦੇ ਕੋਲ ਪਹੁੰਚੇ ਹਾਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਇਹਨਾਂ ਪਿੰਡਾਂ ਦੇ ਵਿੱਚ ਇੱਕ ਦੁਕਾਨ ਕਰਦੀ ਹੈ, ਮਾਂ ਬਾਪ ਸਾਥ ਛੱਡ ਚੁੱਕੇ ਨੇ, ਭਰਾ ਹੈ ਇੱਕ ਛੋਟਾ, ਆਪਣੀ ਪੜ੍ਹਾਈ ਜਿਹੜੀ ਹੈ ਪਲੱਸ 2 ਤੱਕ ਕੀਤੀ ਹੋਈ ਹੈ, ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਦਰ ਦੀ ਜਿਹੜੀ ਡੈਥ ਹੋਈ ਹੈ, ਇਹਨਾਂ ਦੀ ਮਾਤਾ ਜੀ ਦੀ ਜਿਹੜੀ ਡੈਥ ਹੋਈ ਹੈ, ਉਹ ਵੀ ਇਸ ਪੁਲ ਦੇ ਬਹੁਤ ਵੱਡੀ ਗੱਲ ਆਉਣ ਜਾਣ ਦਾ ਬਹੁਤ ਮੁਸ਼ਕਿਲ ਆ। ਇੱਥੇ ਪੁਲ ਪਾਰ ਕਰਕੇ ਆਓ, ਜਦੋਂ ਪੁਲ 'ਤੇ ਤਾਂ ਬੰਦਾ ਚੱਲ ਜਾਂਦਾ, ਅੱਗੇ ਜਦੋਂ ਬੇੜੀ ਆਉਂਦੀ ਆ ਉਦੋਂ ਖੋਬਾ ਚਿੱਕੜ ਬਾਰਿਸ਼ ਆ ਜਾਵੇ, ਫਿਰ 3-3, 4-4 ਦਿਨ ਬੇੜੀ ਨਹੀਂ ਪੈਣੀ, ਕੋਈ ਟਾਈਮ ਟੇਬਲ ਨਹੀਂ ਹੈਗਾ, ਸਕੂਲੋਂ ਲੇਟ ਹੋ ਜਾਓ, ਸਭ ਬਹੁਤ ਪੰਗਾ। ਨਾਲ ਇੱਥੇ ਕਾਲਜ ਬਹੁਤ ਦੂਰ ਹੈ, 20-30 ਕਿਲੋਮੀਟਰ ਦੂਰੀ 'ਤੇ ਕਾਲਜ ਹੈ ਇੱਥੋਂ। ਮੁਸ਼ਕਲਾਂ ਕਿਹੜੀਆਂ ਸਹਿਣੀਆਂ ਪੈਂਦੀਆਂ ਹੋਰ ਇਸ ਤੋਂ ਇਲਾਵਾ? ਇਹ ਤਾਂ ਪੜ੍ਹਾਈ ਦੀਆਂ ਤੁਸੀਂ ਦੱਸਦੀਆਂ ਵੀ ਆ ਮੁਸ਼ਕਲਾਂ ਹੈਗੀਆਂ, ਤੁਸੀਂ ਪੁਲ ਪਾਰ ਤੋਂ ਇੱਥੇ ਪਿੰਡਾਂ 'ਚ ਵਸੇ ਹੋਏ ਹੋ, ਫਾਦਰ ਸਾਹਿਬ ਦੀ ਡੈਥ ਕਿਵੇਂ ਹੋ ਗਈ, ਮਦਰ ਦੀ ਕਿਵੇਂ ਹੋ ਗਈ? ਸਰ ਫਾਦਰ ਤਾਂ ਅਸੀਂ ਇੱਦਾਂ ਹੀ ਅਟੈਕ ਹੋ ਗਿਆ ਉਹਨਾਂ ਨੂੰ, ਅਤੇ ਮਦਰ ਦੀ ਤਾਂ ਮੇਰੇ ਬ੍ਰਦਰ ਦੀ ਡਿਲੀਵਰੀ ਸੀ, ਟਾਈਮ ਨਾਲ ਹੋਸਪਿਟਲ ਨਹੀਂ ਜਾ ਸਕੇ ਅਤੇ ਉਹਨਾਂ ਦੀ ਇੱਦਾਂ ਹੀ ਡੈਥ ਹੋ ਗਈ। ਮਤਲਬ ਕਿ ਇਹ ਪੁਲ ਨੇ ਹੀ ਜਾਨ ਲੈ ਲਈ? ਹਾਂਜੀ, ਅਤੇ ਮੇਰੇ ਪੁਲ ਨੇ ਮੰਮਾ ਦੀ ਜਾਨ ਲੈ ਲਈ ਹੈ। ਅਤੇ ਭਰਾ ਤੁਹਾਡੇ ਤੋਂ ਛੋਟਾ, ਕਿੰਨੀ ਉਮਰ ਜੀ? 16 ਸਾਲ ਲੱਗਾ ਹੁਣ ਬ੍ਰਦਰ ਨੂੰ। ਠੀਕ ਹੈ। ਹਾਂਜੀ, ਅਤੇ ਉਹ ਪੜ੍ਹਦਾ? ਹਾਂਜੀ, 10th 'ਚ ਪੜ੍ਹਦਾ। ਕਿੱਥੇ ਜਾਂਦਾ ਪੜ੍ਹਨਾ? ਚਬ ਕਿੱਦਾਂ ਚੱਲੇਗਾ ਜੇ ਪੜ੍ਹਨ ਲੱਗ ਪਈ, ਮੈਂ ਵੀ ਫਿਰ ਕਾਹਦਾ ਸਰਕਲ ਲੈਣਾ ਚੱਲਣਾ, ਤਾਂ ਕਰਕੇ ਸਰ। ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰਾਂ ਨੂੰ, ਕਿਉਂਕਿ ਆਜ਼ਾਦੀ ਤੋਂ ਬਾਅਦ ਦੀ ਮੰਗ ਆ ਕਿ ਇੱਥੇ ਪੁਲ ਬਣਾਇਆ ਜਾਵੇ? ਤੁਸੀਂ ਖੁਦ ਹੀ ਦੱਸਿਆ ਕਿ ਤੁਹਾਡੀ ਮਦਰ ਦੀ ਡੈਥ ਵੀ ਇਸ ਪੁਲ ਦੀ ਵਜ੍ਹਾ ਕਾਰਨ ਹੀ ਹੋ ਗਈ, ਕਿਉਂਕਿ ਬਿਮਾਰ ਸਨ ਅਤੇ ਟਾਈਮ ਸਿਰ ਜਾ ਨਹੀਂ ਪਾਏ, ਹੈ ਨਾ, ਹਸਪਤਾਲ ਤੱਕ, ਤਾਂ ਉਹਨਾਂ ਦੀ ਡੈਥ ਹੋ ਗਈ। ਅਪੀਲ ਕੀ ਕਰਨਾ ਚਾਹੁੰਦੇ ਹੋ? ਅਪੀਲ ਇਹੀ ਸਰਕਾਰ ਅੱਗੇ ਸਾਡਾ ਪੁਲ ਬਣ ਜਾਵੇ।
ਜੀ ਬਿਲਕੁਲ, ਇਹ ਬੇਟੀ ਇਹ ਇਹਨਾਂ ਪਿੰਡਾਂ ਦੇ ਵਿੱਚ ਹੀ ਇੱਕ ਤੂਰਬਾਣੀ ਪਿੰਡ ਹੈ, ਉੱਥੇ ਰਹਿੰਦੇ ਹਨ। ਮਦਰ ਦੀ ਡੈਥ ਜਿਹੜੀ ਹੈ ਦੱਸਿਆ ਇਹਨਾਂ ਨੇ ਕਿ ਇਸੇ ਪੁੱਲ ਨਾ ਬਣਨ ਕਾਰਨ ਹੀ ਹੋ ਗਈ, ਕਿਉਂਕਿ ਸਿਹਤ ਖਰਾਬ ਸੀ ਤਾਂ ਜਲਦੀ ਉਹਨਾਂ ਨੂੰ ਸਿਹਤ ਸਹੂਲਤ ਨਹੀਂ ਮਿਲ ਪਾਈ ਤਾਂ ਮਦਰ ਦੀ ਡੈਥ ਹੋ ਗਈ। ਫਾਦਰ ਦੀ ਵੀ ਡੈਥ ਹੋ ਚੁੱਕੀ ਹੈ। ਇਹ ਬੇਟੀ ਨੇ ਪੜ੍ਹਾਈ ਜਿਹੜੀ ਹੈ ਪਲੱਸ ਟੂ ਤੱਕ ਕੀਤੀ ਹੋਈ ਹੈ ਅਤੇ ਇਸ ਤੋਂ ਅੱਗੇ ਪੜ੍ਹਾਈ ਇਸੇ ਕਾਰਨ ਹੀ ਕਰ ਰਹੀ ਕਿ ਇੱਥੇ ਪੁੱਲ ਨਹੀਂ ਬਣਿਆ ਅਤੇ ਕੋਈ ਸਹੂਲਤ ਨਹੀਂ ਹੈਗੀ। ਭਰਾ ਪੜ੍ਹ ਰਿਹਾ, ਉਹ ਵੀ ਇੱਥੋਂ ਸਵੇਰੇ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਆਉਂਦਾ ਹੈ। ਗੱਲ ਕੀਤੀ ਜਾਵੇ ਤਾਂ ਇਹਨਾਂ ਪਿੰਡਾਂ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦਿਨ ਬ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਇਸ ਪੱਕੇ ਪੁੱਲ ਨਾ ਬਣਨ ਕਾਰਨ। ਮਕੌੜਾ ਪੱਤਣ ਦੇ ਉੱਤੇ ਪੱਕੇ ਪੁੱਲ ਦੀ ਜਿਹੜੀ ਮੰਗ ਹੈ ਉਹ ਆਜ਼ਾਦੀ ਤੋਂ ਬਾਅਦ ਦੀ ਹੀ ਚੱਲੀ ਆ ਰਹੀ ਹੈ, ਪਰ ਇਹਨਾਂ ਪਿੰਡਾਂ ਦੀ ਲੋਕਾਂ ਦੀ ਇਹ ਮੰਗ ਹਾਲੇ ਤੱਕ ਸੁਣੀ ਨਹੀਂ ਗਈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਵੋਟਾਂ ਦਾ ਬਾਈਕਾਟ ਕੀਤਾ ਆਪਣੀ ਮੰਗ ਮਨਵਾਉਣ ਲਈ, ਕਈ ਵਾਰ ਰਾਜਨੀਤਿਕ ਲੋਕਾਂ ਤੱਕ ਪਹੁੰਚੇ, ਕਈਆਂ ਨੇ ਵਾਅਦਾ ਕੀਤਾ, ਪੁੱਲ ਮਨਜ਼ੂਰ ਹੋਇਆ ਪਰ ਪੁੱਲ ਹਾਲੇ ਤੱਕ ਨਹੀਂ ਬਣ ਪਾ ਰਿਹਾ, ਜਿਸ ਦੇ ਕਾਰਨ ਇਹ ਪਿੰਡ ਦੇ ਵਾਸੀ ਜਿਹੜੇ ਨੇ ਉਹ ਆਹਿਸਤਾ ਆਹਿਸਤਾ ਉੱਜੜਦੇ ਦਿਖਾਈ ਦੇ ਰਹੇ ਨੇ। ਬੱਚਿਆਂ ਨੂੰ ਸਿੱਖਿਆ ਪੂਰਨ ਤੌਰ 'ਤੇ ਨਹੀਂ ਮਿਲ ਪਾ ਰਹੀ, ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਨੇ। ਮੰਗ ਕੀਤੀ ਜਾ ਰਹੀ ਹੈ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਕਿ ਸਾਡਾ ਇਹ ਪੁੱਲ ਪੱਕਾ ਬਣਾ ਕੇ ਦਿੱਤਾ ਜਾਵੇ, ਨਹੀਂ ਤਾਂ ਫਿਰ ਸਾਨੂੰ ਪਾਕਿਸਤਾਨ ਦੇ ਨਾਲ ਹੀ ਜੋੜ ਦਿੱਤਾ ਜਾਵੇ, ਕਿਉਂਕਿ ਇੱਥੋਂ ਕੁਛ ਹੀ ਦੂਰੀ 'ਤੇ ਹਿੰਦ ਪਾਕ ਦੀ ਸਰਹੱਦ ਲੱਗਦੀ ਹੈ ਅਤੇ ਉਸ ਤੋਂ ਪਾਰ ਪਾਕਿਸਤਾਨ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਇਹ ਮੰਗ ਨੂੰ ਪੂਰਾ ਕੀਤਾ ਜਾਵੇ, ਲੰਬੇ ਸਮੇਂ ਤੋਂ ਮੰਗ ਹੈ, ਤਾਂ ਕਿ ਇਹ ਪੁੱਲ ਬਣੇਗਾ ਅਤੇ ਸਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਜੀ ਮੀਡੀਆ, ਗੁਰਦਾਸਪੁਰ, ਮਕੌੜਾ ਪੱਤਣ।